ਦੈਨਿਕ ਸਵੇਰਾ ਟੀਵੀ ਦੇਖ ਰਹੇ ਸਾਰੇ ਦਸਕਾ ਦਾ ਸਵਾਗਤ ਹੈ ਮੈਂ ਹਾਂ ਨਿਰਜ ਪਾਲੀ ਇਸ ਵੇਲੇ ਅਸੀਂ ਮੌਜੂਦਾ ਬਟਾਲਾ ਹਲਕੇ ਦੇ ਵਿੱਚ ਜਿੱਥੇ ਅਕਾਲੀ ਦਲ ਅਤੇ ਭਾਜਪਾ ਦੇ ਸੰਯੁਕਤ ਕੈਂਡੀਡੇਟ ਲਖਵੀਰ ਸਿੰਘ ਲੋਧੀ ਨੰਗਲ ਜੀ ਦੇ ਨਾਲ ਗੱਲਬਾਤ ਕਰਾਂਗੇ ਸਰ ਸਭ ਤੋਂ ਪਹਿਲਾਂ ਦੈਨਿਕ ਸਵੇਰਾ ਤੁਹਾਡਾ ਸਵਾਗਤ ਹੈ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਦੈਨਿਕ ਸਵੇਰਾ ਚੈਨਲ ਦਾ ਜਿਨ੍ਹਾਂ ਨੇ ਮੇਰੇ ਸਾਹਮਣੇ ਮੈਨੂੰ ਰੂਬਰੂ ਹੋਣ ਦਾ ਮੌਕਾ ਦਿੱਤਾ ਸਰ ਸਭ ਤੋਂ ਪਹਿਲਾ ਸਵਾਲ ਹੈ ਕਿ ਕਿਹਨਾ ਮੁੱਦਿਆਂ ਨੂੰ ਲੈ ਕੇ ਅਕਾਲੀ ਦਲ ਬਟਾਲਾ ਦੇ ਵਿੱਚ ਤੁਹਾਨੂੰ ਕੈਂਡੀਡੇਟ ਦੇ ਤੌਰ ਤੇ ਉਤਾਰਿਆ ਹੈਗਾ ਇਸ ਤਰ੍ਹਾਂ ਜੀ ਕਿ ਭਾਰਤੀ ਜਨਤਾ ਪਾਰਟੀ ਤੇ ਕਾਲੀ ਦਲ ਦਾ ਤੁਹਾਨੂੰ ਪਤਾ ਵੀ ਬਹੁਤ ਲੰਮਾਸ ਦਾ ਰਿਸ਼ਤਾ ਜੀ ਔਰ ਸਾਰੇ ਪੰਜਾਬ ਦੇ ਵਿੱਚ ਹੀ ਕਈ ਦਹਾਕਿਆਂ ਦੇ ਉੱਤੋਂ ਸ਼੍ਰੋਮਣੀ ਕਾਲੀ ਦਲ ਔਰ ਬੀਜੇਪੀ ਜਿਹੜੀ ਆ ਇਹ ਇਕੱਠਾ ਇਲੈਕਸ਼ਨ ਲੜ ਰਹੀ ਹੈ ਔਰ ਕੱਥੀਆਂ ਸਰਕਾਰਾਂ ਬਣਾ ਰਹੀ ਹੈ ਜਿਹੜੀਆਂ ਅੱਜ ਤੋਂ ਪਹਿਲਾਂ ਵੀ ਬਹੁਤ ਹੋਰਾਂ ਬਣੀਆਂ ਨੇ ਉਸੇ ਤਹਿਤ ਹੀ ਇਹ ਸੀਟ ਪਿਛਲੀ ਵਾਰ ਸ਼੍ਰੋਮਣੀ ਕਾਲੀ ਦਲ ਦੇ ਹਿੱਸੇ ਆਈ ਸੀ ਔਰ ਦਾਸ ਨੂੰ ਇੱਥੇ ਕੈਂਡੀਡੇਟ ਦੇ ਤੌਰ ਤੇ ਉਦੋਂ ਉਤਾਰਿਆ ਗਿਆ ਸੀ ਬਟ ਉਦੋਂ ਫਿਊ ਡੇਜ਼ ਹੀ ਇਲੈਕਸ਼ਨ 'ਚ ਰਹਿੰਦੇ ਸੀ ਜਿਹਦੇ ਕਰਕੇ ਉਦੋਂ ਅਸੀਂ ਸਕसेस ਹਾਸਲ ਨਹੀਂ ਕਰ ਸਕੇ ਔਰ ਉਸ ਤੋਂ ਬਾਅਦ ਲਗਾਤਾਰ 5 ਸਾਲ ਦਾਸ ਨੇ ਇਸ ਸਾਰੀ ਕਾਂਸਟੀਚੁਐਂਸੀ ਚ ਦਿਨ ਰਾਤ ਮਿਹਨਤ ਕਰਕੇ ਪੂਰਾ 5 ਸਾਲ ਟਾਈਮ ਲਾਇਆ ਔਰ ਉਹ ਮੇਰੀ ਸਵਾਵਾਂ ਨੂੰ ਵੇਖਦਿਆਂ ਸ਼ਰੂਮਨੀ ਕਾਲੀਦਾਲ ਨੇ ਮੈਨੂੰ ਫੇਰ ਦੂਸਰੇ ਯੂਰਾਂ ਪਰੋਸਾ ਕਰਕੇ ਇਸ ਹਲਕੇ ਦੇ ਵਿੱਚ ਇਲੈਕਸ਼ਨ ਚ ਤਾਰਿਆ ਸਰ ਕਿਹਨਾ ਮੁੱਦਿਆਂ ਤੇ ਤੁਸੀਂ ਇੱਥੇ ਚੋਣ ਲੜਨ ਜਾ ਰਹੇ ਹੋ ਦੇਖੋ ਸਾਡਾ ਮੇਨ ਮੁੱਦਾ ਵਿਕਾਸਤਾ ਹੈ ਕਿ ਜੋ ਪਿਛਲੇ 10 ਸਾਲਾਂ ਦੇ ਵਿੱਚ ਪੰਜਾਬ ਦਾ ਵਿਕਾਸ ਕਰਕੇ ਪੰਜਾਬ ਦੇ ਨਵੀਂ ਡਿਵੈਲਪਮੈਂਟ ਲਿਆ ਕੇ ਹਰ ਤਰੀਕੇ ਦੇ ਨਾਲ ਜੋ ਆਪਾਂ ਸਾਰੇ ਸ਼ਹਿਰ ਨੇ ਪੰਜਾਬ ਦੇ ਉਹਨਾਂ ਨੂੰ ਫੋਰ ਲਾਈਨਾਂ ਜੋੜਿਆ ਕੁਸ਼ੇ ਲੇਨਾਂ ਜੋੜਿਆ ਪੰਜਾਬ ਦੇ ਵਿੱਚ ਛੋਟਾ ਜਾਂ ਸੂਬਾ ਜਿਹਦੇ ਵਿੱਚ 6 에어ਪੋਰਟ ਤੁਹਾਡੇ ਸਾਹਮਣੇ ਬਣ ਗਏ ਨੇ ਔਰ ਮੈਂ ਸਮਝਣਾ ਕਿ ਜਿਹੜੀ ਡਿਵੈਲਪਮੈਂਟ ਆ ਉਹ ਸਾਡਾ ਮੇਨ ਮੁੱਦਾ ਆ ਜੋ ਅਸੀਂ ਡਿਵੈਲਪਮੈਂਟ ਕੀਤੀ ਆ ਜੋ ਲੋਕਾਂ ਨੂੰ ਅਸੀਂ ਸਹੂਲਤਾਂ ਦਿੱਤੀਆਂ ਨੇ ਆਟਾ ਦਾਲ ਦੀਆਂ ਪੈਨਸ਼ਨ ਦੀਆਂ ਸਗਨ ਸਕੀਮ ਦੀਆਂ ਜਿਨ੍ਹਾਂ ਨੂੰ ਫ੍ਰੀ ਮੈਡੀਕਲ ਸੇਵਾਵਾਂ ਦਿੱਤੀਆਂ ਨੇ ਬੱਚਿਆਂ ਨੂੰ ਫ੍ਰੀ ਫੂਡ ਦਿੱਤਾ ਆ ਬੱਚਿਆਂ ਨੂੰ ਉਜੀਫੇ ਔਰ ਉਹਨਾਂ ਨੂੰ ਸਾਰੀਆਂ ਹੀ ਪੜ੍ਹਨ ਦੀਆਂ ਸਹੂਲਤਾਂ ਦਿੱਤੀਆਂ ਮੈਰੀਟੋਰੀਅਸ ਸਕੂਲ ਜਿਹੜੇ ਨੇ ਹਰ ਜ਼ਿਲ੍ਹੇ ਦੇ ਵਿੱਚ ਬਣਾਏ ਨੇ ਔਰ ਇਹ ਜਿਹੜਾ ਸਾਰਾ ਕੋਸ਼ਿਸ਼ ਆ ਮੈਂ ਸਮਝਣਾ ਕਿ ਤੁਹਾਨੂੰ ਬਾਕੀ ਸੂਬਿਆਂ 'ਚ ਵੇਖਣ ਨੂੰ ਨਹੀਂ ਲੱਭਦਾ ਜੋ ਭਾਰਤੀ ਜਨਤਾ ਪਾਰਟੀ ਤੇ ਕਾਲੀ ਦਲ ਦੀ ਸਰਕਾਰ ਨੇ ਪੰਜਾਬ ਵਿੱਚ ਕੀਤਾ ਔਰ ਲੋਕ ਬੜੇ ਸੈਟੀਸਫਾਈਡ ਵੀ ਨੇ ਕਿ ਸਾਨੂੰ ਹਰ ਤਰੀਕੇ ਦੇ ਨਾਲ ਸੈਟੀਸਫਾਈਡ ਕੀਤਾ ਗਿਆ ਔਰ ਸਾਨੂੰ ਕੋਈ ਹੋਰ ਚੀਜ਼ ਲੱਭਦੀ ਨਹੀਂ ਜਿਹੜੀ ਅਸੀਂ ਲੋਕਾਂ ਦੇ ਮਨ ਵਿੱਚ ਆ ਕੇ ਸਰਕਾਰ ਕੋ ਮੰਗ ਸਕੀਏ ਬੀਸੀ ਜਮਾਤ ਦੇ ਵੀ ਜਿਹੜੇ ਬਿਜਲੀ ਦੇ ਯੂਨਟ ਸੀ 2 200 ਉਹ ਵੀ ਮਾਫ ਕਰ ਦਿੱਤਾ ਗਿਆ ਔਰ ਮੈਂ ਸਮਝਦਾ ਕਿ ਇਹਦੋਂ ਵੱਧ ਕਿਸੇ ਦੂਸਰੀ ਧਿਰ ਦੇ ਕੋਲ ਕੋਈ ਗੱਲ ਦੱਸਣ ਵਾਲੀ ਨਹੀਂ ਕਿ ਉਹ ਇਹ ਤੋਂ ਇਲਾਵਾ ਹੋਰ ਕੀ ਕਰਨਗੇ ਸਰ ਲੇਕਿਨ ਜਿਹੜੇ ਕੁਝ ਲੋਕਾਂ ਦੇ ਨਾਲ ਸਾਡੀ ਗੱਲਬਾਤ ਹੋਈ ਹੈ ਔਰ ਤੁਹਾਡੇ ਵਿਰੋਧੀ ਦਲ ਦੇ ਜਿਹੜੇ ਉਮੀਦਵਾਰ ਨੇ ਗੁਰਪ੍ਰੀਤ ਸਿੰਘ ਵੜੈਚ ਕੁਗੀ ਸਾਹਿਬ ਉਹ ਵੀ ਤਾਂ ਉੱਤੇ ਬਹੁਤ ਆरोप ਲਗਾ ਰਹੇ ਨੇ ਕਿ ਕਿਸੇ ਵੀ ਤਰ੍ਹਾਂ ਦਾ ਵਿਕਾਸ ਨਹੀਂ ਹੋਇਆ ਭਾਜਪਾ ਦੇ ਨਾਲ ਤੁਹਾਡਾ ਅੰਦਰੂਨੀ ਕਲਾ ਹੈ ਔਰ ਬਿਜਲੀ ਪਾਣੀ ਸੜਕਾਂ ਸੀਵਰੇਜ ਬਹੁਤ ਬੁਰੀ ਹਾਲਤ ਹੈ ਦਾਰਾ ਸਿਲ ਇਸ ਤਰ੍ਹਾਂ ਜੀ ਕਿ ਉਹ ਸਾਡਾ ਛੋਟਾ ਵੀਰ ਆ ਨਵਾਂ ਨਵਾਂ ਪੋਲਿਟਿਕਸ ਚ ਆਇਆ ਆ ਉਹਨੂੰ ਕਿਉਂ ਕਿ ਅਜੇ ਸਾਰਾ ਇਹਨਾਂ ਗੱਲਾਂ ਦਾ ਗਿਆਨ ਨਹੀਂਗਾ ਕਿ ਇਹ ਕਿਸ ਤਰੀਕੇ ਦੇ ਨਾਲ ਡਿਵੈਲਪਮੈਂਟ ਹੁੰਦੀ ਹੈ ਕਿਉਂਕਿ ਰੂਰ ਡਿਵੈਲਪਮੈਂਟ ਤੇ ਅਰਬਨ ਡਿਵੈਲਪਮੈਂਟ ਵੱਖੋ ਵੱਖ ਫੰਡ ਹੁੰਦੇ ਨੇ ਉਹ ਵੱਖ-ਵੱਖ ਤਰੀਕੇ ਦੇ ਨਾਲ ਕੀਤੇ ਜਾਂਦੇ ਨੇ ਔਰ ਸ਼ਹਿਰ ਦੇ ਵਿੱਚ ਮਿਊਸਪਲਟੀ ਜਿਹੜੀ ਆ ਉਹਦੇ ਤੇ ਕੁਝ ਚੰਦ ਇੱਕ ਬੀਜੇਪੀ ਦੇ ਬੰਦੇ ਨੇ ਔਰ ਬਾਕੀ ਕਾਂਗਰਸ ਵਾਲੇ ਨੇ ਜਿਨ੍ਹਾਂ ਨੇ ਰਲ ਕੇ ਮਿਊਸਪਲ ਕਾਰਪੋਰੇਸ਼ਨ ਬਣਾਈ ਆ ਔਰ ਮੈਂ ਸਮਝਣਾ ਕਿ ਜਿਹੜਾ ਬੰਦਾ ਸਿਆਣਾ ਉਹਨੂੰ ਪਤਾ ਕਿ ਸ਼ਹਿਰ ਦੀ ਡਿਵੈਲਪਮੈਂਟ ਮਿਊਸਪਲ ਕਮੇਟੀ ਦੇ ਹਵਾਲੇ ਹੁੰਦੀ ਆ ਜਿਹਦੇ ਨਾਲ ਕੋਈ ਹਲਕੇ ਦੇ ਜਿਹੜਾ ਵੀ ਐਮਐਲਏ ਲੜਿਆ ਆ ਕੋਈ ਉਹਦੀ ਬਹੁਤੀ ਜ਼ਿਆਦਾ ਜ਼ਿੰਮੇਵਾਰੀ ਨਹੀਂ ਹੁੰਦੀ ਪਰ ਇਹਦੇ باوجود ਵੀ ਮੈਂ ਪਿਛਲੇ ਥੋੜੇ ਸਮੇਂ ਦੇ ਵਿੱਚ ਕੋਈ 1.5 ਕਰੋੜ ਰੁਪਇਆ ਲਿਆ ਕੇ ਸ਼ਹਿਰ ਦੇ ਵਿੱਚ 68 8 ਪਲੇਸ ਦੇ ਉੱਤੇ ਜਿਹੜਾ ਆ ਉਹ ਕੰਮ ਸ਼ੁਰੂ ਕਰਵਾਇਆ 149 ਕਰੋੜ ਦਾ ਸੀਵਰੇਜ ਜਿਹੜਾ ਸਾਡਾ ਸੈਂਕਸ਼ਨ ਹੋਇਆ ਜਿਹੜਾ ਅਲਾਟਮੈਂਟ ਸੀਵਰੇਜ ਪਾਉਣ ਦੀ ਹੋ ਚੁੱਕੀ ਹੈ ਇੰਗਲਿਸ਼ ਕੰਪਨੀ ਨੂੰ ਉਹ ਕਿਉਂਕਿ ਡੂਰਿੰਗ ਇਲੈਕਸ਼ਨ ਹੋਣ ਹੋ ਨਹੀਂ ਸੀ ਸਕਦਾ ਉਹ ਵੀ ਅਸੀਂ ਵੱਖੋ ਵੱਖ ST P ਬਣਾ ਕੇ ਔਰ ਸਾਰਾ ਇਥੇ ਕਈਆਂ 200 ਸਾਲ ਦਾ ਗਾਂ ਮੌਕੇ ਦੇ ਵਿੱਚ ਕਦੀ ਵਾਟਰ ਸਪਲਾਈ ਦੀ ਜਿਹੜੀ ਆ ਨਾ ਸੀਵਰੇਜ ਦੀ ਕੋਈ ਸਮੱਸਿਆ ਨਹੀਂ ਆਊਗੀ ਉਹ ਹੱਲ ਕੀਤਾ ਇਸ ਤੋਂ ਇਲਾਵਾ 42 ਕਰੋੜ ਰੁਪਏ ਦੇ ਦੋ ਪਾਵਰ ਸਟੇਸ਼ਨ ਜਿਹਦੇ ਵਿੱਚ ਇੱਕ ਚਾਲੂ ਹੋ ਗਿਆ ਦੂਜਾ ਸਿਵਲ ਹਸਪੀਟਲ ਦੇ ਵਿੱਚ ਅੰਡਰ ਕੰਸਟ੍ਰਕਸ਼ਨ ਆ 26 ਕਰੋੜ ਰੁਪਿਆ ਜਿਹੜਾ ਆ ਉਹ ਲਾਇਆ ਅਸੀਂ ਕੇਬਲ ਸਿਸਟਮ 44 ਦਾ ਜਿਹੜਾ ਇਲੈਕਟ੍ਰੀਸ਼ੀਅਨ ਆ ਗੁੱਡ ਇਲੈਕਟ੍ਰੀਫਿਕੇਸ਼ਨ ਕੀਤੀ ਆ 15 ਕਰੋੜ ਰੁਪਿਆ ਨਵੇਂ ਬੋਰ ਤੇ ਟੈਂਕੀਆਂ ਬਣਵਾਈਆਂ ਔਰ ਮੈਂ ਸਮਝਣਾ ਇਹ ਨਵਾਂ ਇੱਥੇ ਜਿਹੜਾ ਕੋਰਟ ਕੰਪਲੈਕਸ ਬਣ ਗਿਆ ਮਿਨੀ ਸੈਕਟਰੀਏਟ ਜਿਹੜਾ ਆ ਉਹ ਸੈਂਕਸ਼ਨ ਹੋ ਗਿਆ ਸਕੂਲ ਜਿਹੜੇ ਸੀ ਉਹਨਾਂ ਦੀਆਂ ਬਿਹਤਰ ਬਿਲਡਿੰਗਾਂ ਬਣਾ ਦਿੱਤੀਆਂ ਦੋ ਸਕੂਲ ਸ਼ਹਿਰ ਦੇ ਅਪਗ੍ਰੇਡ ਕਰ ਦਿੱਤੇ ਨੇ ਸਾਢੇ 6 ਕਰੋੜ ਦੀ ਮਾਲ ਮੰਡੀ ਨਵੀਂ ਬਣਾਉਂਦੀ ਆ ਟ੍ਰੇਨਿੰਗ ਸਕੂਲ ਬਣਾਉਂਦਾ ਇਹ ਜਿਹੜੀਆਂ ਸਾਰੀਆਂ ਮੈਂ ਗੱਲਾਂ ਦੱਸ ਰਿਹਾ ਐ ਪਿਛਲੇ 60 ਸਾਲਾਂ ਦੇ ਵਿੱਚ ਕੋਈ ਨਾ ਕੰਮ ਨਹੀਂ ਹੋਇਆ ਜਿਹੜਾ ਇਸ ਸਰਕਾਰ ਨੇ ਕੀਤਾ ਇਹ ਜਿਹੜੀ ਲੋਕਲ ਨਿੱਕੀ ਮੋਟੀ ਗੱਲ ਐ ਜੀ ਉਹ ਇੱਕ ਥਾਂ ਹੀ ਸਾਰੇ ਥਾਵਾਂ ਤੇ ਹੁੰਦੀ ਆ ਉਹ ਵੀ ਹੁਣ ਅੱਜ ਸਾਰਾ ਤੁਹਾਡੇ ਸਾਹਮਣੇ ਬੀਜੇਪੀ ਜਿਹੜੀ ਆ ਇੱਕ ਮੁਸਤ ਇਕੱਠੀ ਹੋ ਕੇ ਪਾਰਟੀ ਦੇ ਜਿਹੜੇ ਉਧੇਦਾਰ ਨੇ ਟੋਟਲ ਬੀਜੇਪੀ ਜਿਹੜੀ ਅੱਜ ਸ਼ਰੋਮਨੀ ਕਾਲੀ ਦਲ ਦੇ ਨਾਲ ਮੋੜੇ ਨਾ ਮੋੜਾ ਲੱਗ ਚੱਲ ਰਹੀ ਸਰ ਕਿਸ ਤਰ੍ਹਾਂ ਦੇ ਨਾਲ ਤੁਸੀਂ ਜਨਤਾ ਨੂੰ ਇਹ ਵਿਸ਼ਵਾਸ ਦਿਲਾ ਪਾਉਂਗੇ ਕਿ ਬੀਜੇਪੀ ਵਾਕੇ ਤੁਹਾਡੇ ਨਾਲ ਹੈ ਕਿਉਂਕਿ ਸਾਨੀ ਸਾਹਿਬ ਔਰ ਨਗਰ ਕਾਉਂਸਲ ਦੇ ਪ੍ਰਧਾਨ ਜਿਹੜੇ ਹੈਗੇ ਨੇ ਉਹ ਵੀ ਤੁਹਾਡੇ ਖਿਲਾਫ ਨੇ ਤੇ ਜਿਹੜੇ ਜ਼ਿਲ੍ਹੇ ਦੇ ਬੀਜੇਪੀ ਦੇ ਪ੍ਰਧਾਨ ਨੇ ਉਹ ਵੀ ਤੁਹਾਡੇ ਖਿਲਾਫ ਨੇ ਸੋ ਕਿਸ ਤਰ੍ਹਾਂ ਤੁਸੀਂ ਇਹਨਾਂ ਨੂੰ ਨਾਲ ਲੈ ਕੇ ਚੱਲਣ ਦੀ ਕਵਾਇ ਜਿਹੜੀ ਹੈਗੀ ਸ਼ੁਰੂ ਕਰੋਗੇ ਜਾਂ ਹੋ ਚੁੱਕੀ ਹੈ ਦੇਖੋ ਜ ਬਿਸ਼ੱਕ ਵਰਕਰ ਆ ਨਾ ਬੀਜੇਪੀ ਦਾ ਜਿਹੜਾ ਤੁਸੀਂ ਉਹ ਤੁਹਾਡੇ ਸਾਹਮਣੇ ਆ ਜਿਹਦੇ ਵਿੱਚ ਸਾਰੇ ਤਿੰਨੇ ਮੰਡਲਾਂ ਦੇ ਪ੍ਰਧਾਨ ਨੇ ਜਨਰਲ ਸੈਕਤੀ ਨੇ ਉਹਨਾਂ ਦੇ ਥੱਲੇ ਵਾਲਾ ਕੈਡਰ ਵਰਕਰ ਆ ਜਿਹੜਾ ਜਿਹੜੇ ਪਾਰਟੀ ਲਈ ਕੰਮ ਕਰਦੇ ਉਹ ਤਾਂ ਅੱਜ ਤੁਹਾਡੇ ਸਾਹਮਣੇ ਹਾਜ਼ਰ ਸੀ ਔਰ ਪਹਿਲਾ ਬੀਜੇਪੀ ਦਾ ਪ੍ਰਧਾਨ ਸ਼੍ਰੀਸ਼ ਪਾਟਿਆ ਉਹ ਵੀ ਹਾਜ਼ਰ ਸੀ ਜਿਹੜਾ ਉਸ ਤੋਂ ਪਹਿਲਾਂ ਬੀਜੇਪੀ ਦਾ ਪ੍ਰਧਾਨ ਸ਼ੋਕ ਮੋੜਗਲ ਸੀ ਉਹ ਵੀ ਆ ਗਿਆ ਸੈਟਿੰਗ ਹੋ ਗਈ ਹੈ ਨਹੀਂ ਅ ਸੈਟਿੰਗ ਕੀ ਜੀ ਉਹ ਗੱਲ ਜਿਹੜੀ ਮਿੱਟ ਮਟਾ ਜਿਹੜੇ ਮਾੜੇ ਮੋਟੇ ਹੁੰਦੇ ਆ ਇੱਕ ਪਰਿਵਾਰ ਵਿੱਚ ਵੀ ਹੁੰਦੇ ਆ ਪਾਰਟੀ ਤੇ ਬੜਾ ਵੱਡਾ ਸਮੁੰਦਰ ਹੁੰਦਾ ਉਹ ਸਾਰੇ ਦੀ ਸਾਰੀ ਗੱਲ ਜਿਹੜੀ ਹੈਗੀ ਆ ਰੰਦਾਵਾ ਸਾਹਿਬ ਸਨ ਬਾਕੀ ਸਾਰੇ ਜਿਹੜੇ ਸਾਡੇ ਭੱਲਾ ਜੀ ਹੋਣੀ ਨੇ ਜਿਹੜੇ ਮੇਨ ਪੁਰਾਣੇ ਸੀਨੀਅਰ ਨੇ ਉਹਨਾਂ ਸਾਰਿਆਂ ਨੇ ਅੱਜ ਲੱਕ ਬਨ ਕੇ ਆਪਣੀ ਟਿਕਟ ਸਮਝ ਕੇ ਲੜਨਾ ਜਿਹੜਾ ਸ਼ੁਰੂ ਕਰ ਦਿੱਤਾ ਜਿਹੜੇ 2-3 ਤੁਸੀਂ ਆਦਮੀਆਂ ਦੇ ਸੀਨੀਅਰ ਦੇ ਸਾਥੀਆਂ ਦੇ ਨਾਂ ਲੈਂਦੇ ਜੇ ਅਸੀਂ ਉਹਨਾਂ ਨੂੰ ਵੀ ਰਿਕਵੈਸਟ ਕਰਾਂਗੇ ਉਹ ਵੀ ਪਾਰਟੀ ਤੋਂ ਲਾਂਬੇ ਨਹੀਂ ਜਾਣਗੇ ਕਿਉਂਕਿ ਪਾਰਟੀ ਜਿਹੜੀ ਆ ਉਹ ਮਾਂ ਹੁੰਦੀ ਆ ਤੇ ਪਾਰਟੀ ਦਾ ਪ੍ਰੋਗਰਾਮ ਹੈ ਕਿ ਅਸੀਂ ਇਹ ਨਰਿੰਦਰ ਭਾਈ ਮੋਦੀ ਜੀ ਦਾ ਔਰ ਸਰਦਾਰ ਬਾਦਲ ਦਾ ਸੁਪਨਾ ਜਿਹੜਾ ਹੈ ਪੰਜਾਬ ਚੋਂ ਨੂੰ ਸਕਾਰ ਕਰਨਾ ਉਹ ਤਦੇ ਕਰ ਸਕਦੇ ਹਾਂ ਜੇ ਲੱਕ ਬਣ ਕੇ ਅਸੀਂ ਸਰਕਾਰ ਦੁਬਾਰਾ ਬਣਾਈ। ਲੇਕਿਨ ਸਰ ਕਿੱਡੀ ਵੱਡੀ ਗੱਲ ਹੈ ਕਿ ਇਲੈਕਸ਼ਨ ਸਿਰਤੇ ਨੇ ਲਗਭਗ 10-15 ਦਿਨ ਹਲੇ ਬਚੇ ਨੇ ਇਲੈਕਸ਼ਨ ਨੂੰ ਔਰ ਉਹਦੇ ਬਾਵਜੂਦ ਵੀ ਪਾਰਟੀ ਦੇ ਵਿੱਚ ਇੱਕ ਜੁਟਤਾ ਨਹੀਂ ਹੈ ਤੁਹਾਡੀ ਸਹਿਯੋਗੀ ਪਾਰਟੀ ਦੇ ਵਿੱਚ ਤੁਹਾਡੇ ਨਾਲ ਇੱਕ ਜੁਟਤਾ ਨਹੀਂ ਹੈ ਇਸ ਚੀਜ਼ ਨੂੰ ਵੇਖਦੇ ਕਿਦਾਂ ਹੋ ਜਨਤਾ ਤੇ ਇਸ ਚੀਜ਼ ਦਾ ਕੀ ਪ੍ਰਭਾਵ ਹੋਵੇਗਾ ਮੈਂ ਤੁਹਾਨੂੰ ਇੱਕ ਦੱਸਦਾ ਇਹ ਨਾ ਬਿਲਕੁਲ ਹੀ ਐਸੀ ਕੋਈ ਗੱਲ ਨਹੀਂ ਅਵਾਮ ਇਕੱਠਾ ਹੈ ਜਿਨ੍ਹਾਂ ਨੇ ਸੀਟ ਜਿਤਾਉਣੀ ਹੈ ਜਿਹੜੀ ਕੋਈ ਇਕਾ ਦੁਕਾ ਉੱਤੇ ਮਤ ਪੇਤ ਹੁੰਦੇ ਨੇ ਉਹ ਲੀਡਰਾਂ ਦੇ ਆਪਣੇ ਇੰਟਰਸਟਾਂ ਕਰਕੇ ਹੁੰਦੇ ਨੇ ਉਹ ਸਾਰੇ ਜਗ੍ਹਾ ਦੇ ਉੱਤੇ ਕੀ ਇੰਟਰਸਟ ਨੇ ਸਰ ਜਿਹੜੇ ਭਾਜਪਾ ਜੀਆਂ ਦੇ ਮੈਂ ਨਾਮ ਲੱਤੇ ਨੇ ਉਹਨਾਂ ਦੇ ਇੰਡਸਟਰੀ ਸੀ ਵੀ ਸਾਨੂੰ ਸੀਟ ਮਿਲੇ ਕਿਉਂਕਿ ਹਰ ਇੱਕ ਪਾਰਟੀ ਦਾ ਹਰ ਇੱਕ ਕਾਰਕੁਨ ਦਾ ਹੱਕ ਬੰਦਾ ਕਿ ਮਿਲੇ ਬਟ ਮੈਂ ਸਮਝਣਾ ਕਿ ਸੀਟ ਲੈਣਾ ਦੇਣਾ ਨਾ ਉਹਨਾਂ ਦੇ ਵਸਿਆ ਨਾ ਮੇਰੇ ਵਸਿਆ ਇਹ ਪਾਰਟੀ ਭਾਜਪਾ ਦੀ ਹਾਈ ਕਮਾਂਡ ਤੇ ਭਾਜਪਾ ਤੋਂ ਇਲਾਵਾ ਨਾਲ ਕਾਲੀ ਦਲ ਦੀ ਹਾਈ ਕਮਾਂਡ ਜਿਹੜਾ ਉਹਨਾਂ ਦਾ ਯੂਨਾਈਟਿਡ ਡਿਸੀਜਨ ਆ ਔਰ ਜਦੋਂ ਅਚਰ ਨਹੀਂ ਸੀ ਸੀਟਾਂ ਅਨਾਉਂਸ ਹੋਈਆਂ ਉਹਨਾਂ ਚਰ ਜ਼ੋਰ ਲਾਈ ਜਾਣਾ ਫਰਜ਼ ਬੰਦਾ ਸੀ ਉਹ ਜ਼ੋਰ ਲਾਈ ਜਾਂਦੇ ਸੀ ਇਹੋ ਹੀ ਮਤ ਪਏ ਸੀ ਵੀ ਮੈਨੂੰ ਮਿਲੇ ਉਹ ਕਹਿੰਦੇ ਸੀ ਮਿਲੂ ਮਿਲੇ ਤੇ ਪਾਰਟੀ ਨੇ ਜੋ ਡਿਸੀਜਨ ਕਰਤਾ ਉਹਨਾਂ ਨੇ ਵੀ ਸਿਰ ਮੱਥੇ ਕਰਕੇ ਮੰਨਣਾ ਹੈ ਮੈਂ ਵੀ ਸਿਰ ਮੱਥੇ ਕਰ ਰਿਹਾ ਅਜੇ ਰਾਤ ਤੇ ਮੇਰਾ ਖਿਆਲ ਹੈ ਅੱਜ ਹੀ ਡਿਸੀਜਨ ਜਿਹੜਾ ਸਾਰਾ ਟਿਕਟਾਂ ਦਾ ਅਨਾਉਂਸ ਹੋਇਆ ਤੇ ਦਿਨ ਦੇ ਵਿੱਚ ਕੋਈ ਨਹੀਂ ਨਾ ਜੀ ਪਿਆ ਕੱਲ ਨੂੰ ਮੇਰਾ ਖਿਆਲ ਹੈ ਬਾਕੀ ਸਾਰੇ ਵੀ ਤਗੜਿਆਂ ਹੋ ਕੇ ਤੁਰਨਗੇ ਸਰ ਅਗਰ ਵਿਕਾਸ ਦੀ ਗੱਲ ਕਰੀਏ ਤਾਂ ਉੱਤੇ આરોਪ ਲੱਗਦਾ ਆ ਰਿਹਾ ਕਿ ਜਿਹੜੇ ਤੁਹਾਡੇ ਪਿੰਡ ਨੇ ਇੱਥੇ ਤੁਸੀਂ ਬਹੁਤ ਜ਼ਿਆਦਾ ਵਿਕਾਸ ਕੀਤਾ ਸ਼ਹਿਰੀ ਖੇਤਰ ਦੇ ਵਿੱਚ ਜਿੱਥੇ ਪਾਜਪਾਕ ਇਲਾਕਾ ਮੰਨਿਆ ਜਾਂਦਾ ਹੈ ਉੱਥੇ ਤੁਸੀਂ ਵਿਕਾਸ ਨਹੀਂ ਕੀਤਾ ਇਹਦੇ ਨਾਲ ਇੱਕ ਹੋਰ ਤਰ੍ਹਾਂ ਦਾ આરોਪ ਹੈ ਕਿ 16 ਕਰੋੜ ਰੁਪਏ ਦੀ ਕੋਈ ਗ੍ਰਾਂਟ ਆਈ ਸੀਗੀ ਸ਼ਹਿਰ ਦੇ ਵਿਕਾਸ ਦੇ ਵਾਸਤੇ ਤੁਸੀਂ 1 ਰੁਪਇਆ ਵੀ ਨਹੀਂ ਲਗਾਇਆ ਦਰਅਸਲ ਆ ਭੀ ਇਹ ਬਿਲਕੁਲ ਤੁਸੀਂ ਜਿਹੜੀ ਗੱਲ ਦੱਸੀ ਹੈ ਦੇ ਵਿੱਚ ਕੋਈ ਸੱਚਾਈ ਨਹੀਂ ਪਹਿਲੀ ਤੇ ਗੱਲ ਆ ਭੀ ਜਿਹੜਾ ਰੂਲਰ ਫੰਡ ਆ ਉਹਦਾ ਸ਼ਹਿਰ ਦੇ ਫੜਨ ਨਾਲ ਤਾਲਕੋ ਨਹੀਂ ਹੁੰਦਾ ਹਰ ਰੂਰਲ ਫੰਡ ਵੱਖਰੀ ਜਿਹੜੀ 16 ਕਰੋੜ ਦੇ ਜਿਹੜਾ ਰੂਰਲ ਫੰਡ ਆ ਜਿਹੜਾ ਪਿੰਡਾਂ ਦੀ ਤੁਸੀਂ ਗੱਲ ਕਰਦੇ ਜਿਹੜਾ ਰੂਰਲ ਡਿਵੈਲਪਮੈਂਟ ਫੰਡ ਸੀ ਉਹ ਰੂਰਲ ਏਰੀਆ ਚ ਖਰਚਿਆ ਗਿਆ ਉਹ ਸਾਡੀਆਂ ਪੰਚਾਇਤਾਂ ਨੇ ਜਿਹੜੀਆਂ ਮੈਂ ਬੜੇ ਹੀ ਪਿਆਰ ਦੇ ਨਾਲ ਸਾਰਿਆਂ ਨੂੰ ਇਕੱਠਿਆਂ ਕਰਕੇ ਬਣਾਈਆਂ ਸੀ ਕੋਈ ਪੰਚਾਇਤਾਂ ਦੇ ਵਿੱਚ ਚੋਣਾਂ ਦੇ ਵਿੱਚ ਖਰਾਬੀ ਨਹੀਂ ਹੁੰਦੀ ਤੀ ਲੋਕਾਂ ਨੇ ਇੰਡੀਪੈਂਡੈਂਟ ਸੋਚਣਾ ਆਪਣੀਆਂ ਪੰਚਾਇਤਾਂ ਬਣਾਈਆਂ ਸੀ ਉਹਨਾਂ ਨੇ ਬਹੁਤ ਵਧੀਆ ਸਾਰੇ ਪਿੰਡਾਂ 'ਚ ਕੰਮ ਕੀਤਾ ਇਹ ਤੇ ਵਾਕਿਆ ਹੀ ਕੋਈ ਸ਼ੱਕ ਨਹੀਂ ਕਿ ਸਾਰੇ ਹਲਕੇ ਦੇ ਪਿੰਡ ਜਿਹੜੇ ਉਹ ਮਾਡਲ ਗ੍ਰਾਮ ਬਣ ਗਏ ਆ ਸੈਕਿੰਡ ਜਿਹੜੀ 16 ਕਰੋੜ 10 ਲੱਖ ਦੀ ਗੱਲ ਜਿਹੜੀ ਆ 16 ਕਰੋੜ 10 ਲੱਖ ਰੁਪਏ ਦਾ ਐਸ ਵੇਲੇ ਚੋੜ ਦੀ ਕੰਮ ਚੱਲ ਰਿਹਾ 5 ਕਰੋੜ 50 ਲੱਖ ਰੁਪਈਆ ਹਾਂ ਚੱਲ ਰਿਹਾ ਅਜ ਤੋਂ ਤਕਰੀਬ 2-3 ਮਹੀਨੇ ਪਹਿਲੋਂ ਦੇ ਟੈਂਡਰ ਹੋਏ ਸੀ ਇਲੈਕਸ਼ਨ ਹੋਣ ਸ਼ੁਰੂ ਹੋਣ ਤੋਂ ਪਹਿਲਾਂ ਨਹੀਂ ਇਲੈਕਸ਼ਨ ਤੋਂ ਉਹ ਗੱਲ ਇਹ ਆ ਵੀ ਇਹ ਜ਼ਰੂਰ ਆਪਸ ਵਿੱਚ ਸੀ ਕਿ ਬੀਜੇਪੀ ਦੀ ਗੱਲ ਨਹੀਂ ਸੀ ਇਹਦੇ ਵਿੱਚ ਨਗਰ ਕੌਂਸਲ ਦੇ ਪ੍ਰਧਾਨ ਸਮਝਦੇ ਸੀ ਕਿ ਸਾਰਾ ਪੈਸਾ ਸਾਨੂੰ ਮਿਲ ਜੇ ਬਟ ਉਸ ਇੱਕ ਸਾਡੇ ਜਿੱਤਰਾ ਹੋਣੇ ਨੇ ਸਾਡੇ ਅੱਧੋਂ ਜ਼ਿਆਦਾ ਬੀਜੇਪੀ ਦੇ ਕਾਉਂਸਲਰ ਵੀ ਤੇ ਕਾਲੀ ਦਲ ਦੇ ਕਾਉਂਸਲਰ ਵੀ ਚਾਹੁੰਦੇ ਸੀ ਕਿ ਕਿਸੇ ਹੋਰ ਏਜੰਸੀ ਕੋ ਕੰਮ ਕਰਾਇਆ ਜਾਵੇ ਜਿਹਦੇ ਨਾਲ ਤੇਜ਼ੀ ਦੇ ਨਾਲ ਤੇ ਮਜ਼ਬੂਤ ਕੰਮ ਹੋ ਜਾਵੇ ਉਹਦੇ ਕਰਕੇ ਲੋਕਾਂ ਦੀਆਂ ਭਾਵਨਾ ਨੂੰ ਮੁੱਖ ਰੱਖ ਕੇ 23 24 ਉਹਨਾਂ ਦੇ ਸਿਗਨੇਚਰ ਸਾਡੇ ਪਾਸ ਨੇ ਜਿਹੜੇ ਉਹ ਮੌਜੂਦਾ ਐਮਸੀ ਸਹਿਬਾਨ ਨੇ ਉਹਨਾਂ ਦੀ ਸੋਚ ਸੀ ਕਿ ਤੁਸੀਂ ਚਲੋ ਇਹਦੇ باوجود ਵੀ ਅਸੀਂ 5 ਕਰੋੜ 50 ਲੱਖ ਰੁਪਈਆ ਸਤਾਰ ਮਾਨਯੋਗ ਸਖਬੀਰ ਸਿੰਘ ਜੀ ਬਾਦਲ ਨੇ ਜਿਹੜੀ ਸਟੇਟ ਡਿਵੈਲਪਮੈਂਟ ਸਾਡਾ ਇਹ ਬੋਰਡ ਆ ਉਹਦੇ ਵਿੱਚ 5 ਕਰੋੜ 50 ਲੱਖ ਰੁਪਈਆ ਕਮੇਟੀ ਨੂੰ ਆਖਿਆ ਵੀ ਤੁਸੀਂ ਖਰਚ ਕਰੋ ਤੇ 10 ਕਰੋੜ 60 ਲੱਖ ਰੁਪਈਆ ਜਿਹੜਾ ਉਹਨਾਂ ਪੀ ਡਬਲਯੂ ਡੀ ਨੂੰ ਦਿੱਤਾ ਜਿਹੜਾ ਪੀ ਡਬਲਯੂ ਡੀ ਨੇ ਆਪਣਾ ਕੰਮ ਜੋਰਾਂ ਦੀ ਸ਼ੁਰੂ ਕੀਤਾ ਹੈ। ਇਸ ਕਰਕੇ ਰੋਕਣ ਵਾਲੀ ਗੱਲ ਕੋਈ ਨਹੀਂ ਨਾ ਹੀ ਰੋਕਿਆ ਜਾ ਸਕਦਾ। ਜਿਹੜਾ ਫੰਡ ਰੂਲਰ ਦੀ ਆਇਆ ਉਹ ਰੂਲਰ 'ਚ ਹੀ ਜਾਣਾ। ਜਿਹੜਾ ਫੰਡ ਸ਼ਹਿਰ ਲਈ ਆਇਆ ਉਹ ਸ਼ਹਿਰ 'ਚ ਹੀ ਜਾਣਾ। ਇਹ ਲੋਕਾਂ ਨੂੰ ਮਿਸ ਗਾਈਡ ਕਰਨ ਵਾਲੀ ਕੁਝ ਲੋਕ ਗੱਲ ਕਰਦੇ ਸਾਡੇ ਵਿਰੋਧੀਆਂ ਦੀ ਇਹ ਸੋਚ ਆ ਵੀ ਅਸੀਂ ਇਸ ਤਰੀਕੇ ਨਾਲ ਗੱਲ ਆਕੀਏ। ਸਰ ਅਗਰ ਅਸੀਂ ਬਟਾਲੇ ਦੀ ਗੱਲ ਕਰੀਏ ਬਟਾਲੇ ਦੀ ਜਨਤਾ ਜਾਣਨਾ ਚਾਹੁੰਦੀ ਹੈ ਕਿ ਜਿਸ ਵੇਲੇ ਵੀ ਕੋਈ ਪੋਲੀਟੀਕਲ ਲੀਡਰ ਆਂਦਾ ਹੈਗਾ ਉਹ ਇਹੀ ਕਹਿੰਦਾ ਕਿ ਇਸ ਇਲਾਕੇ ਨੂੰ ਜ਼ਿਲ੍ਹਾ ਘੋਸ਼ਿਤ ਕਰ ਦਿੱਤਾ ਜਾਊਗਾ 10 ਸਾਲ ਤੁਹਾਡੀ ਸਰਕਾਰ ਰਹੀ ਹੈ ਔਰ ਹੁਣ ਜਿਸਲੇ ਮੈਂ ਤੁਹਾਨੂੰ ਸਵਾਲ ਕਰੂੰਗਾ ਤੁਸੀਂ ਜਵਾਬ ਵੀ ਮੈਨੂੰ ਇਹੀ ਦੇਵੋਗੇ ਕਿ ਹਾਂ ਅਸੀਂ ਜ਼ਿਲ੍ਹਾ ਘੋਸ਼ਿਤ ਕਰ ਦਵਾਂਗੇ ਉਹ ਹੋਊਗਾ ਕਦੋਂ ਸਰ ਅਸਲ ਸਿਸਤਰਾਂ ਜੀ ਵੀ ਵਖੋ ਜਿਹੜੀ ਤੁਸੀਂ ਗੱਲ ਕੀਤੀ ਆ ਮੈਂ ਤੇ ਪਿਛਲੀ ਵਾਰ ਇੱਥੇ ਨਵਾਂ ਆਇਆ ਔਰ ਇਹ ਗੱਲ ਬਿਲਕੁਲ ਸੱਚ ਹੈ ਵੀ ਇਹ ਜ਼ਿਲ੍ਹਾ ਬਣਾਉਣਾ ਚਾਹੀਦਾ ਸੀ ਪਰ ਜੇ ਨਹੀਂ ਬਣਿਆ ਤੇ ਫੇਰ ਵੀ ਬਟਾਲੇ ਵਾਲੀ ਮਿਸ ਤੋਂ ਮੇਰੇ ਤੋਂ ਪਹਿਲਾਂ ਜਿਹੜੀ ਆ ਦੋਨਾਂ ਪਾਰਟੀਆਂ ਦੀ ਲੀਡਰਸ਼ਿਪ ਹੈ ਉਹਦੀ ਕਮਜ਼ੋਰੀ ਆ ਮੈਂ ਸਮਝਦਾ ਮੈਂ ਵੇਖੋ ਜੀ ਤੁਹਾਨੂੰ ਇਹ ਗੱਲ ਕਰਦਾ ਇਹਦੇ ਬਾਰੇ ਮੈਂ ਜਿਸ ਤਰ੍ਹਾਂ ਦੀ ਤੁਸੀਂ ਕਹਿੰਦੇ ਜੇ ਵੀ ਪੋਲਿਟੀਕਲ ਲੋਕ ਵਾਅਦੇ ਕਰਦੇ ਮੈਂ ਉਤਰਾ ਦਾ ਨਹੀਂ ਕਰਦਾ ਮੈਂ ਸਭ ਤੋਂ ਪਹਿਲਾਂ ਇਹਨੂੰ ਕਾਰਪੋਰੇਸ਼ਨ ਬਣਾਵਾਗਾ ਜਿਹੜੀ ਮੇਰੀ ਡਿਊਟੀ ਬੰਦੀ ਆ ਉਹ ਕਾਰਪੋਰੇਸ਼ਨ ਬਣਾਵਾਗਾ ਤੇ ਦੂਸਰੇ ਨੰਬਰ ਤੇ ਜਿਹੜੇ ਬਾਕੀ ਕੰਮ ਨੇ ਜਿਹੜੀ ਉਹਦੇ ਬਾਰੇ ਪਾਰਟੀ ਦੀ ਸਰਕਾਰ ਬੰਦੀ ਆ ਤੇ ਉਹਨਾਂ ਨਾਲ ਬਹਿ ਕੇ ਰੀਕਨਸਾਇਲ ਕਰਕੇ ਤੇ ਜੋ ਵੀ ਕੁਝ ਹੋ ਸਕਿਆ ਉਦੇ ਵਾਸਤੇ ਮੈਂ ਪ੍ਰੋਮ ਦੇ ਲੋਕਾਂ ਨਾਲ ਕੀਤਾ ਕਿ ਮੇਰੇ ਪੰਜਾਂ ਸਾਲਾਂ ਦੇ ਇਸ ਹਲਕੇ ਦੇ ਵਿੱਚ ਜ਼ਿੰਮੇਵਾਰੀ ਸਾਂਭਣ ਦੇ ਨਾਲ ਨਾ ਕਿਸੇ ਤੇ ਨਜਾਇਜ਼ ਪਰਚਾ ਹੋਇਆ ਭਾਵੇਂ ਉਹ ਕਿਸੇ ਵੀ ਪਾਰਟੀ ਦਾ ਭਾਵੇਂ ਕਿਸੇ ਵੀ ਜਾਤ ਪਾਤ ਧਰਮ ਨਾਲ ਸੰਬੰਧ ਰੱਖਦਾ ਕਿਸੇ ਤੇ ਕੋਈ ਪਰਚਾ ਨਹੀਂ ਹੋਇਆ ਕੋਈ ਮੈਂ ਸ਼ਹਿਰ ਦੇ ਵਿੱਚ ਨਜਾਇਜ਼ ਕਬਜ਼ਾ ਨਹੀਂ ਹੋਣ ਦਿੱਤਾ ਜਿਹੜਾ ਇੱਥੇ ਬੜੀ ਵੱਡੀ ਰਾਤ ਸੀ ਤੇ ਕਦੀ ਕੋਈ ਕਬਜ਼ਾ ਕਰ ਲਿੰਦਾ ਸੀ ਕਿਸੇ ਦੀ ਛੱਤ ਟਾ ਕੇ ਕਦੀ ਕੋਈ ਕਰ ਲਿੰਦਾ ਸੀ ਸਕੂਲਾਂ ਕਾਲਜਾਂ ਦੇ ਕੋ ਗੁੱਡਾ ਗਰਦੀ ਜਿਹੜੀ ਆ ਉਹ ਮੈਂ ਖਤਮ ਕੀਤੀ ਆ ਨਸ਼ੇ ਦੇ ਉੱਤੇ ਪੂਰੀ ਨਕੀਲ ਪਾਈ ਆ ਜਿਹੜਾ ਬੜਾ ਨਸ਼ਾ ਕੈਂਪ ਚ ਹੁੰਦਾ ਸੀ ਉਹਨੂੰ ਵੀ ਕੰਟਰੋਲ ਕੀਤਾ ਔਰ ਹੋਰ ਵੀ ਜਿਹੜੀਆਂ ਇੱਥੇ ਲੋਕਲ ਸਮੱਸਿਆਵਾਂ ਸੀ ਉਹਨਾਂ ਦੇ ਖਿਲਾਫ ਪੂਰੀ ਲੜਾਈ ਲੜੀ ਆ ਔਰ ਮੈਂ ਇੱਕ ਗੱਲ ਗਰੰਟੀ ਨਾਲ ਕਹਿ ਸਕਦਾ ਕਿ ਇਹਨਾਂ 5 ਸਾਲਾਂ ਚ ਬਟਾਲੇ ਨੂੰ ਲੋਕ ਪਛਾਣ ਨਹੀਂ ਸਕਣਗੇ ਇਹਨਾਂ ਖੂਬਸੂਰਤ ਸ਼ਹਿਰ ਬਣਾ ਦੇਗਾ ਔਰ ਹਰ ਤਰੀਕੇ ਦੇ ਨਾਲ ਸ਼ਹਿਰ ਜਿਹੜਾ ਤਰੱਕੀ ਕਰੇਗਾ ਜਿਲ੍ਹਾ ਬਣੇਗਾ ਸਰ देखो जिले बारे जतन ਕਰਾਂਗੇ ਜੀ ਜਦ ਨਾਲ ਕੋ ਕਿ ਹੁਣ ਇੱਕ ਪਠਾਨਕੋਟ ਜਿਲ੍ਹਾ ਬਣ ਗਿਆ ਡਿਸਕ੍ਰਿਮੀਨੇਸ਼ਨ ਸਾਡੇ ਨਾਲ ਹੋਈ ਆ ਪਠਾਨਕੋਟ ਸਾਡੇ ਨਾਲੋਂ ਛੋਟਾ ਫਗਵਾੜਾ ਸਾਡੇ ਨਾਲੋਂ ਛੋਟਾ ਸਾਡੀ ਪਾਪੂਲੇਸ਼ਨ ਇੰਨਾ ਜ਼ਿਆਦਾ ਆ ਔਰ ਮੈਂ ਸਮਝਣਾ ਹੱਕ ਬਟਾਲੇ ਦਾ ਬੰਦਾ ਸੀ ਇਹ ਜੀਓਗ੍ਰਾਫਿਕਲੀ ਵੀ ਹਿਸਟਰੀ ਦੇ ਤੌਰ ਤੇ ਵੀ ਧਾਰਮਿਕ ਤੌਰ ਤੇ ਵੀ ਇਹ ਸਾਡਾ ਜਿਲ੍ਹਾ ਜਿਹੜਾ ਬਣਾਣਾ ਚਾਹੀਦਾ ਸੀ ਜਿੱਥੇ ਬੜੇ ਬੜੇ ਜਿੱਥੇ ਵਖੋ ਮਾਤਾ ਸਲੱਖਣੀ ਦਾ ਸ਼ਹਿਰ ਆ ਗੁਰੂ ਨਾਨਕ ਦੇਵ ਜੀ ਦੇ ਸਹੁਰੇ ਨੇ ਅਚਲੇਸ਼ਵਰ ਮੰਦਿਰ ਜਿੱਥੇ 33 ਕਰੋੜ ਦੇਵਤੇ ਆਏ ਨੇ ਅਚਲ ਸਾਹਿਬ ਜਿੱਥੇ ਗੁਰਦੁਆਰਾ ਸਿੱਧਾਣਾ ਗੋਸ਼ਟੀ ਹੋਈ ਆ ਕਾਲੀ ਮਾਤਾ ਦਾ ਮੰਦਿਰ ਆ ਇੱਥੇ ਛਣੀ ਮੰਦਿਰ ਆ ਵੀਰ ਹਕੀਕਤ ਰਾਏ ਦੀ ਸਮਾਧ ਆ ਮਹਾਰਾਜਾ ਸ਼ੇਰ ਸਿੰਘ ਦੀਆਂ ਸਮਾਧਾਂ ਨੇ ਮਤਲਬ ਹਰ ਪੱਖ ਤੋਂ ਹੱਕ ਬੰਦਾ ਸੀ ਨਾਲ ਮੈਂ ਇਹ ਵੀ ਦੱਸਣਾ ਚਾਹਣਾ ਤੁਹਾਨੂੰ ਕਿ ਇਹ ਪ੍ਰਾਤਨ ਸਮਿਆਂ ਦੇ ਵਿੱਚ ਗਰਦਾਸਪੁਰ ਜ਼ਿਲ੍ਹਾ ਨਹੀਂ ਸੀ ਹੁੰਦਾ ਬਟਾਲਾ ਜ਼ਿਲ੍ਹਾ ਹੁੰਦਾ ਸੀ ਅੱਜ ਵੀ ਜਾ ਕੇ ਗਰਦਾਸਪੁਰ ਦੇ ਪੁਰਾਣੇ ਡੀਸੀ ਆਫਿਸ ਦੇ ਬਾਹਰ ਲੱਗੀ ਸਲਿੱਪ ਨੂੰ ਪੜ੍ਹੀਏ ਤੇ ਉਹਦੇ ਉੱਤੇ ਲਿਖਿਆ ਆ ਕਿ ਡਿਸਟ੍ਰਿਕਟ ਬਟਾਲਾ ਉਹਦੇ ਵਿੱਚ ਤੁਹਾਨੂੰ ਇਹ ਪਤਾ ਲੱਗੂਗਾ ਵੀ ਇਹ ਸਾਡਾ ਹੱਕ ਬੰਦਾ ਸੀ ਜਿਹੜਾ ਖੁੱਸ ਗਿਆ ਚਲੋ ਪ੍ਰਮਾਤਮਾ ਕਿਰਪਾ ਕਰੇ ਮੈਨੂੰ ਸ਼ਕਤੀ ਦੇਵੇ ਮੇਰੀ ਇਹ ਜਿਹੜੀਆ ਬੇਨਤੀ ਸਰਕਾਰ ਮੇਰੀ ਪ੍ਰਵਾਨ ਕਰੇ ਤੇ ਜ਼ਰੂਰ ਜ਼ੋਰ ਲਾ ਕੇ ਅਸੀਂ ਕੋਸ਼ਿਸ਼ ਕਰਾਂਗੇ ਸਰ ਜਿਸ ਤਰ੍ਹਾਂ ਤੁਸੀਂ ਪੰਜਾਬੀ ਫਿਲਮਾਂ ਦੇ ਵਿੱਚ ਰਹੇ ਹੋ ਪੰਜਾਬੀ ਫਿਲਮਾਂ ਤੋਂ ਕੋਈ ਕੈਂਪੇਨਿੰਗ ਵਾਸਤੇ ਆ ਸਕਦੇ ਨੇ ਨਹੀਂ ਜੀ ਮੈਂ ਦਾਰਸ ਬੇਨਤੀ ਕਰਾਂ ਕਿ ਮੈਂ ਤੇ ਇਹ ਸਮਝਣਾ ਕਿ ਮੇਰੀ ਕੈਂਪੇਨ ਮੇਰੇ ਆਵਾਮ ਨੇ ਸਾਂਭ ਲਈਆ ਤੇ ਮੈਂ ਕਿਸੇ ਅਸਲ ਬਸਲ ਚ ਨਹੀਂ ਪੈਣਾ ਚਾਹੁੰਦਾ ਕਿਸੇ ਕਿਸਮ ਦੀ ਮੇਰੇ ਮਨ ਚ ਕੋਈ ਐਸੀ ਗੱਲ ਨਹੀਂ ਗਈ ਅਸੀਂ ਆਪਣੇ ਲਈ ਸ਼ਫੀ ਛੰਟਿਆ ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਐਸੋਲੇ ਘਰ ਘਰ ਛਾ ਗਏ ਨੇ ਔਰ ਅਸੀਂ ਸਾਰੀ ਜੇਕਰ ਸੋਚੋ ਤੇ ਕੈਂਪੇਨ ਜਿਹੜੀ ਆ ਉਹਨੂੰ ਅਸੀਂ ਕੰਟਰੋਲ ਚ ਕਰ ਲਿਆ ਔਰ ਨਾਲ ਤੁਹਾਨੂੰ ਗਰੰਟੀ ਨਾ ਕਹਿਣਾ ਕਿ ਬਹੁਤ ਭਾਰੀ ਮਾਰ ਜੰਦੇ ਨਾਲ ਸੀਟੇ ਸ਼੍ਰੋਮਣੀ ਅਕਾਲੀ ਦਲ ਭਾਜਪਾ ਜਿੱਤੇ ਸੋ ਇਹ ਸਨ ਲੋਧੀ ਨੰਗਲ ਜੀ ਜਿਨਨੇ ਨੇ ਕਿਹਾ ਹੈਗਾ ਕਿ ਬੀਜੇਪੀ ਔਰ ਅਕਾਲੀ ਦਲ ਦੇ ਜਿੰਨੇ ਵੀ ਇਹਨਾਂ ਦੇ ਸਮਰਥਕ ਨੇ ਉਹ ਘਰ ਚ ਛਾ ਗਏ ਨੇ ਹੁਣ ਵੇਖਣਾ ਸਿਰਫ ਇਹ ਹੋਵੇਗਾ ਕਿ ਇਹਨਾਂ ਨੂੰ ਜਨਤਾ ਇਥੋਂ ਛਾਉਂਦੀ ਹੈ ਜਾਂ ਨਹੀਂ ਕੈਮਰਾਮੈਨ ਵਿਰਿੰਦਰ ਦੇ ਨਾਲ ਮੈਂ ਨੀਰਜ ਬਾਲੀ ਦੈਨਿਕ ਸਵੇਰਾ ਟੀਵੀ ਬਟਾਲਾ